ਗੱਲ ਇਹ ਹੈ ਜੀ, ਜਿਸ ਪਾਰਟੀ ਨੇ ਇਸ ਦੇਸ਼ ਦੇ ਅੰਦਰ 60 ਸਾਲ ਰਾਜ ਕੀਤਾ, ਜੀ ਜਿਸ ਪਾਰਟੀ ਨੇ ਪਿਛਲੇ 1 ਸਾਲ ਤੋਂ ਝੂਠ ਝੂਠ ਔਰ ਝੂਠ ਬੋਲਣ ਦੀ ਲੜੀ ਲਾ ਰੱਖੀ ਹੈ, ਅਤੇ ਉਹਦਾ ਅਸਰ ਭਾਈ 'ਤੇ ਵੀ ਹੈਗਾ, ਅਤੇ ਕੁਛ ਨਾ ਕੁਛ ਇਹ ਉਹ ਗੱਲਾਂ ਕਹਿ ਰਹੇ ਨੇ, ਜੀ ਔਰ ਮੈਂ ਕਹਿਣਾ ਚਾਹੂੰਗਾ ਕਿ ਵੀ ਇਸ ਗੱਲ 'ਤੇ ਫੋਕਸ ਕਰਨ ਕਿ ਬੁਰੇ ਦਿਨ ਜਿਹੜੇ ਹੈ ਉਹ ਖਤਮ ਹੋਏ ਹੈ, ਬੁਰੇ ਇਰਾਦੇ ਖਤਮ ਹੋਏ ਹੈ, ਬੁਰੀ ਨੀਅਤ ਖਤਮ ਹੋਈ ਹੈ, ਜੀ ਬੁਰੇ ਕੰਮ ਜਿਹੜੇ ਹੈ ਉਹ ਖਤਮ ਹੋਏ ਹੈ। ਅੱਜ ਜਿਹੜਾ ਸਾਡਾ ਦੇਸ਼ ਹੈ ਉਹ ਬੇਈਮਾਨੀ ਤੋਂ ਨਾ ਇਮਾਨਦਾਰੀ ਵੱਲ ਜਾ ਰਿਹਾ, ਮੁਕਤ ਹੋ ਗਿਆ। ਨਹੀਂ, ਬੇਈਮਾਨੀ ਤੋਂ ਇਮਾਨਦਾਰੀ ਵੱਲ ਜਾ ਰਿਹਾ, ਜੀ ਜੀ, ਨਿਰਾਸ਼ਾ ਤੋਂ ਆਸ਼ਾ ਵੱਲ ਜਾ ਰਿਹਾ, ਠੀਕ ਹੈ ਨਾ, ਕੁਸ਼ਾਸਨ ਤੋਂ ਸੁਸ਼ਾਸਨ ਦੀ ਤਰਫ ਜਾ ਰਿਹਾ, ਸਲੋ ਮੂਵਿੰਗ ਐਡਮਿਨਿਸਟ੍ਰੇਸ਼ਨ ਤੋਂ ਫਾਸਟ ਮੂਵਿੰਗ ਐਡਮਿਨਿਸਟ੍ਰੇਸ਼ਨ ਜਾ ਰਿਹਾ। ਓਕੇ ਓਕੇ, ਇਹ 1 ਸਾਲ ਦੀ ਸਾਡੀ ਗਵਰਨਮੈਂਟ ਹੈ ਜਿਹੜੀ ਸਕੈਮ ਫਰੀ, ਜਿਹੜੀ ਸਕੈਂਡਲ ਫਰੀ ਰਹੀ ਹੈ, ਕੋਈ ਵੀ 1 ਐਲੀਗੇਸ਼ਨ ਸਾਡੀ ਗਵਰਨਮੈਂਟ 'ਤੇ ਕਿਤੇ ਵੀ ਨਹੀਂ ਹੈ, ਨਹੀਂ ਲੱਗਾ। ਔਰ ਇਹਨਾਂ ਦੇ ਪੁੱਛੋ, ਕੋਲੇ ਚ ਮੂੰਹ ਕਾਲਾ, ਹਵਾ ਬੇਚਤੀ, ਜ਼ਮੀਨ ਬੇਚਤੀ, ਮਾਈਨ ਚ ਕਾਲਾ, ਹਰ ਜਗ੍ਹਾ ਓਕੇ ਓਕੇ ਓਕੇ, ਕਿਤੇ ਕੋਈ ਸਾਡੀ ਹੁਣ ਸਾਡੀ ਗਵਰਨਮੈਂਟ ਹੈ, ਸਾਡੀ ਗਵਰਨਮੈਂਟ ਹੈ ਜਿਹਨੇ ਮਾਈਨਿੰਗ ਦੇ ਜਿਹੜੇ ਲੇਟੈਸਟ ਆਕਸ਼ਨ ਹੋਈ ਹੈ ਉਸ 'ਚ ਪੈਸਾ ਇਕੱਠਾ ਕੀਤਾ ਹੈ, ਸਾਡੀ ਏਅਰ ਸਪੈਕਟਰਮ 'ਚ ਅਸੀਂ ਪੈਸਾ ਇਕੱਠਾ, ਟ੍ਰਾਂਸਪੇਰੈਂਟ ਕੀਤੀ, ਜਿਹਨਾਂ ਫਾਸਟ ਕੀਤੀ ਹੈ।